ਪਿੰਡ ਅਟਾਰੀ ਵਿੱਚ ਡਿਸਪੈਂਸਰੀ ਦਾ ਕੀਤਾ ਗਿਆ ਉਦਘਾਟਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਕੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ, ਜਿਸ ਵਿੱਚ ਸਾਬਕਾ MLA ਪਰਮਿੰਦਰ ਸਿੰਘ ਪੈਂਕੀ ਨੇ ਡਿਸਪੈਂਸਰੀ ਦੀ ਟੀਮ ਨੂੰ ਚਾਬੀਆਂ ਦੇ ਕੇ ਜ਼ਿੰਮੇਵਾਰੀ ਸੌਂਪੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਿੰਦਰ ਸਿੰਘ ਪੈਂਕੀ ਨੇ ਪੰਜਾਬ ਸਰਕਾਰ ਨੂੰ ਵੀ ਸੁਣਾਈਆਂ ਖਰੀਆਂ ਖਰੀਆਂ। ਪੈਂਕੀ ਨੇ ਕਿਹਾ, ਪੰਜਾਬ ਦਾ ਰੱਬ ਰਾਖਾ ਹੈ, ਪੰਜਾਬ ਸਰਕਾਰ ਹੋਈ ਫੇਰ। ਫਿਰੋਜ਼ਪੁਰ ਤੋਂ ਸੁਖਮੰਦਰ ਸਿੰਘ ਸਾਧ ਦੀ ਵਿਸ਼ੇਸ਼ ਰਿਪੋਰਟ। ਸੁਰਿੰਦਰ ਸਿੰਘ ਜੀ, ਅੱਜ ਕਿੱਥੇ ਮਤਲਬ ਇਸ ਚੀਜ਼ ਦਾ ਜਿਹੜਾ ਸੀ ਅੱਜ ਉਦਘਾਟਨ ਕੀਤਾ ਗਿਆ ਅਤੇ ਕੌਣ ਇੱਥੇ ਮਹਿਮਾਨ ਆਏ? ਅੱਜ ਨਗਰ ਪੰਚਾਇਤ ਅਟਾਰੀ ਵੱਲੋਂ ਸਾਡੇ ਪਿੰਡ ਵਿੱਚ ਨਵੀਂ ਬਣੀ ਡਿਸਪੈਂਸਰੀ ਦਾ PHC ਬਿਲਡਿੰਗ ਦਾ ਉਦਘਾਟਨ ਕੀਤਾ ਗਿਆ। ਔਰ ਇਹ ਜਿਹੜਾ ਉਦਘਾਟਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਹੋਇਆ ਔਰ ਇਸ ਦਾ ਉਦਘਾਟਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਹੋਇਆ। ਔਰ ਇੱਥੇ ਇਲਾਕੇ ਦੀ ਜਿੱਥੇ ਸਾਧ ਸੰਗਤ ਪਹੁੰਚੀ ਹੈ, ਸਾਰੇ ਹੀ ਪਤਵੰਤੇ ਸੱਜਣ, ਨੇੜੇ ਦੇ ਪੰਚ ਸਰਪੰਚ ਔਰ ਪਿੰਡ ਦੇ ਜਿੰਨੀ ਵੀ ਸੰਗਤ ਪਹੁੰਚੀ ਹੈ, ਸਾਰਿਆਂ ਨੂੰ ਜੀਆਂ ਆਖਦੇ ਹਾਂ। ਔਰ ਨਾਲ ਹੀ ਇੱਥੇ ਸਾਡੇ ਸਾਬਕਾ MLA ਸਰਦਾਰ ਪਰਮਿੰਦਰ ਸਿੰਘ ਪਿੰਕੀ ਜੀ ਵੀ ਪਹੁੰਚੇ ਨੇ, ਕਿਉਂਕਿ ਇਹ ਉਹਨਾਂ ਦੇ ਸਮੇਂ ਦਿੱਤੀ ਹੋਈ ਗ੍ਰਾਂਟ ਸੀ, ਜੋ ਕਿ 40 ਲੱਖ ਰੁਪਈਆ ਉਹਨਾਂ ਨੇ ਦਿੱਤਾ ਸੀ। ਔਰ ਉਸ ਦੇ ਨਾਲ ਇਹ ਬਿਲਡਿੰਗ ਤਿਆਰ ਹੋ ਗਈ ਹੈ ਔਰ ਅੱਜ ਜਿਹੜੀ PHC ਦੇ ਸਟਾਫ ਦੇ ਹਵਾਲੇ ਦੀਆਂ ਚਾਬੀਆਂ ਜਿਹੜੀਆਂ ਉਹ ਕਰ ਦਿੱਤੀਆਂ ਗਈਆਂ। ਇਲਾਕੇ ਦੀਆਂ ਸੰਗਤਾਂ ਨੂੰ ਤਾਰੀ ਨੂੰ ਹੋਰ ਜਿਹੜੇ ਪਿੰਡ ਲੱਗਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਇਹ ਡਿਸਪੈਂਸਰੀ ਦਾ ਔਰ ਇਹ ਪਾਰਕ ਦਾ ਸਾਰੇ ਇਲਾਕੇ ਨੂੰ ਹੀ ਫਾਇਦਾ ਹੋਊਗਾ, ਕਿਉਂਕਿ ਗੁਰਬਾਣੀ ਦੇ ਵਾਕ ਨੇ, ਸ਼੍ਰੀ ਹਰਕ੍ਰਿਸ਼ਨ ਧਿਆਈਏ ਡਿੱਠੇ ਸਭ ਦੁੱਖ ਜਾਏ, ਕਿਉਂਕਿ ਇੱਥੇ ਜਿਹੜਾ ਸਾਰਾ ਆਪਾਂ ਵੇਖਦੇ ਪਏ ਹਾਂ ਪਾਰਕ, ਇਹ ਸਿਹਤ ਸਹੂਲਤਾਂ ਲਈ ਹੈ, ਕਿਉਂਕਿ ਕੋਈ ਸੈਰ ਕਰਦਾ, ਇੱਥੇ ਜਿੰਮ ਲੱਗਾ ਹੈ, ਉਹ ਸਾਰਾ ਕੁਛ ਇਸ ਪਾਰਕ ਦੇ ਵਿੱਚ ਸਿਹਤ ਸਹੂਲਤਾਂ ਲਈ ਹੈ। ਜਿੱਥੇ ਸਿਹਤ ਸਹੂਲਤਾਂ ਉੱਥੇ ਸ਼ਹੀਦ ਭਗਤ ਸਿੰਘ ਦਾ ਬੁੱਤ ਲੱਗਾ, ਕਿਉਂਕਿ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਉਹ ਵੀ ਜ਼ਰੂਰੀ ਸੀ। ਔਰ ਸਾਡੀ ਪੰਚਾਇਤ ਦਾ ਜਿਹੜਾ ਪੰਚਾਇਤ ਘਰ ਹੈ ਉਹ ਵੀ ਸਾਡਾ ਇੱਥੇ ਮੌਜੂਦ ਹੈ ਔਰ ਉਹ ਵੀ ਬਿਲਡਿੰਗ ਸਾਡੀ ਨਵੀਂ ਬਣੀ ਹੋਈ। ਹਾਂਜੀ, MLA ਸਾਹਿਬ ਅੱਜ ਕਿੱਥੇ ਪ੍ਰੋਗਰਾਮ 'ਤੇ ਕਿਸ ਵਾਸਤੇ ਪਹੁੰਚੀ? ਅੱਜ ਪਿੰਡ ਅਟਾਰੀ ਦੇ ਵਿੱਚ ਅਸੀਂ ਡਿਸਪੈਂਸਰੀ ਬਣਾਈ ਸੀ, ਉੱਥੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਕਿ ਸੁਖਮਨੀ ਸਾਹਿਬ ਦੇ ਪਾਠ ਹੋਇਆ, ਅਰਦਾਸ ਹੋਈ ਹੈ, ਉਹਦੇ 'ਚ ਸ਼ਿਰਕਤ ਕਰਨ ਦੇ ਵਾਸਤੇ ਇੱਥੋਂ ਦੀ ਸੰਗਤ ਦੇ ਚਰਨਾਂ ਦੇ ਵਿੱਚ ਆਏ ਸੀ। ਸਰ, ਜਿੱਦਾਂ ਕਿ ਤੁਸੀਂ ਅੱਜ ਸਾਬਕਾ ਵਿਧਾਇਕ ਹੋਣ ਦੇ ਨਾਤੇ ਇੱਥੇ ਪਹੁੰਚੇ ਹੋ ਅਤੇ ਤੁਸੀਂ ਗੱਲ ਵੀ ਉੱਥੇ ਜਦੋਂ ਧੰਨਵਾਦ ਲੋਕਾਂ ਦਾ ਕਰ ਰਹੇ ਸੀ, ਉੱਥੇ ਗੱਲ ਕਰ ਰਹੇ ਸੀ ਕਿ ਜਿਹੜੀ ਨਵੀਂ ਸਰਕਾਰ ਬਣੀ ਆ ਉਹ ਮੇਰੇ ਹਿਸਾਬ ਦੇ ਨਾਲ ਉਹਨਾਂ ਦੇ ਵੱਲੋਂ ਹਜੇ ਤੱਕ 0 ਮਾਰਜਨ ਆ ਕਿ ਇਲਾਕੇ ਦੇ ਵਿੱਚ ਆਣ ਕੇ ਕੋਈ ਕੰਮ ਕੀਤੇ ਹੋਣ, ਉਹਨਾਂ ਨੂੰ ਕਿੱਦਾਂ ਦੇਖਦੇ ਹੋ? ਦੇਖੋ, ਇਹਦੇ ਬਾਰੇ ਤਾਂ ਇਲਾਕੇ ਦੇ ਲੋਕ ਦੱਸ ਸਕਦੇ ਨੇ, ਮੈਂ ਆਪਦੀ ਰੇਸ ਕਿਸੇ ਨਾਲ ਨਹੀਂ ਲਾਉਂਦਾ, ਮੇਰੀ ਰੇਸ ਮੇਰੇ ਨਾਲ ਹੁੰਦੀ ਹੈ। ਜੇ ਮੈਂ ਗੱਲ ਕਰਾਂ, ਮੇਰੀ ਸੇਵਾ ਦੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਇਸ ਇਲਾਕੇ ਦੇ ਲੋਕਾਂ ਨੇ ਮੈਨੂੰ ਸੇਵਾ ਬਖਸ਼ੀ। ਸਭ ਤੋਂ ਪਹਿਲਾਂ ਇੱਥੇ ਯੂਨੀਵਰਸਿਟੀ ਆਈ, ਜਿਹਦੇ 'ਚ ਜਿਹੜੀ ਯੂਨੀਵਰਸਿਟੀ ਇੱਥੇ ਹੈਣੀ ਸੀ ਬੱਚਿਆਂ ਦੇ ਵਾਸਤੇ, ਉਹ ਪੜ੍ਹਾਈ ਦੇ ਵਾਸਤੇ ਸਭ ਤੋਂ ਵਧੀਆ ਸਾਬਤ ਹੋਏਗੀ, ਕਿਉਂਕਿ ਸਾਡੇ ਬੱਚਿਆਂ ਨੂੰ ਪੜ੍ਹਨ ਵਾਸਤੇ ਜਲੰਧਰ, ਅੰਮ੍ਰਿਤਸਰ ਸਾਹਿਬ, ਚੰਡੀਗੜ੍ਹ ਜਾਂ ਪਟਿਆਲਾ ਜਾਣਾ ਪੈਂਦਾ ਸੀ, ਉਹਨਾਂ ਨੂੰ ਜਾਣ ਦੀ ਲੋੜ ਨਹੀਂ ਪਏਗੀ। ਇਉਂ ਹੀ ਮੈਂ ਆਪਦੇ ਇਲਾਕੇ ਦੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਕੇ ਗਿਆ ਸੀ ਕਿ ਮੈਂ PGI ਲੈ ਕੇ ਆਊਂਗਾ 2012 ਦੇ ਵਿੱਚ। ਉਹ ਸ਼੍ਰੀਮਤੀ ਸੋਨੀਆ ਗਾਂਧੀ, ਸਰਦਾਰ ਮਨਮੋਹਨ ਸਿੰਘ ਜੀ ਨੇ ਸੈਂਕਸ਼ਨ ਕੀਤਾ ਸੀਗਾ, ਉਹਦੀ ਜ਼ਮੀਨ ਨਹੀਂ ਦਿੱਤੀ, ਇਹਨਾਂ ਨੇ ਸਾਨੂੰ 12 ਸਾਲ ਘੁਮਾਉਂਦੇ ਰਹੇ, ਅਕਾਲੀ ਦਲ ਅਤੇ BJP ਵਾਲੇ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਹੁਣ ਉਹ ਜਾਮਨੀ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਲ ਬਣ ਰਿਹਾ, 500 ਕਰੋੜ ਰੁਪਏ ਦੀ ਲਾਗਤ ਨਾਲ ਉਹਦੀ ਸ਼ੁਰੂਆਤ ਹੋਈ ਹੈ, 4 ਮੰਜ਼ਿਲਾਂ ਉਹਦੀਆਂ ਬਣ ਗਈਆਂ, ਉਹਦੀ OPD ਅਸੀਂ ਬੜੀ ਜਲਦੀ ਸ਼ੁਰੂ ਕਰਾਵਾਂਗੇ। ਜੋ ਰੱਬ ਕਰਦਾ ਉਹ ਚੰਗਾ ਹੀ ਕਰਦਾ।
ਸਰ ਜਿੱਦਾਂ ਫਿਰੋਜ਼ਪੁਰ ਦਾ ਲਾਅ ਐਂਡ ਆਰਡਰ ਦੀ ਗੱਲ ਕੀਤੀ ਜਾਵੇ ਕਿ ਜਿਹਨੇ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਨੇ, ਆਖਰੀ ਭੰਮਾ ਕੋਈ ਕਾਂਡ ਹੋਇਆ ਜਿੱਥੇ 3 ਜਣਿਆਂ ਦੀ ਡੈਥ ਹੋ ਗਈ ਆ, 2 ਜਿਹੜੇ ਉੱਥੇ ਪਕੜ ਪਾਏ ਹੋਏ ਨੇ, ਉਹ ਇਹ ਲਾਅ ਐਂਡ ਆਰਡਰ ਨੂੰ ਕਿੱਦਾਂ ਦੇਖਦੇ ਹੋ? ਦੇਖੋ ਇਹਦੇ ਬਾਰੇ ਮੈਂ ਨਹੀਂ ਕਹਿੰਦਾ, ਸਾਰਾ ਪੰਜਾਬ ਕਹਿੰਦਾ। ਪੰਜਾਬ ਜਿਹੜਾ ਹੈ ਉਹਦੇ 'ਚ ਨਸ਼ਿਆਂ ਦਾ ਭਰਮਾਰ ਹੋ ਗਿਆ, ਹਰ ਘਰ ਘਰ ਦੇ ਵਿੱਚ ਨਸ਼ਾ ਆ ਗਿਆ, ਹਰ ਤੀਜੇ ਘਰ ਦੇ ਵਿੱਚ ਨਸ਼ਾ। ਜਿਹੜੀਆਂ ਸਾਡੀਆਂ ਭੈਣਾਂ ਨੇ, ਧੀਆਂ ਨੇ, ਮਾਵਾਂ ਨੇ ਰੋਂਦੀਆਂ ਨੇ ਕਿ ਸਾਡੀ ਜਵਾਨੀ ਦਾ ਹਾਲ ਕੀ ਕੀਤਾ। ਇਸ ਕਰਕੇ ਨਸ਼ਿਆਂ ਦੇ ਨਾਲ ਪੰਜਾਬ ਖਾਧਾ ਗਿਆ। ਜਿਹੜਾ ਲਾਅ ਐਂਡ ਆਰਡਰ ਹੈਗਾ, ਤੁਸੀਂ ਦੇਖਿਆ, ਤੁਸੀਂ ਤਾਂ ਕੱਲ੍ਹ ਪਰਸੋਂ ਦੇ ਕਤਲਾਂ ਦੀ ਗੱਲ ਕਰਦੇ ਹੋ, ਬੜੀ ਮਦਭਾਗੀ ਗੱਲ ਹੋਈ ਹੈ ਕਿ ਸਾਡੇ 4 ਬੱਚਿਆਂ ਦੇ ਉੱਪਰ ਗੋਲੀ ਚਲਾ ਜਾਣਾ, 2 ਬੱਚੇ ਰੱਬ ਨੂੰ ਪਿਆਰੇ ਹੋ ਗਏ, 2 DMC ਦੇ ਵਿੱਚ ਪਏ ਹੈ। ਉਹ ਗਰੀਬ ਬੱਚੇ ਹੈ ਜਿਨ੍ਹਾਂ ਦੇ ਵਿਚਾਰੇ ਇਲਾਜ ਵੀ ਨਹੀਂ ਕਰਾ ਸਕਦੇ ਮਾਂ ਬਾਪ, ਅਤੇ ਬੜੇ ਅੱਛੇ ਖਿਲਾੜੀ ਸੀ ਕ੍ਰਿਕਟ ਦੇ, ਕਈ ਦੇਸ਼ਾਂ ਦੇ ਵਿੱਚੋਂ ਖੇਡ ਕੇ ਵੀ ਆਏ। ਪਿੱਛੇ ਜੇ ਵੀ ਇੱਕ ਬੱਚੇ ਦੇ ਜਿਹੜਾ ਸੀਗਾ ਸ਼ੀਸ਼ਾ ਵੱਜ ਕੇ ਬਾਂਹ ਚਲੀ ਗਈ ਸੀ, ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸੀ ਅਤੇ ਮੈਂ ਉਹਨਾਂ ਵਾਸਤੇ ਵੀ ਕੁਛ ਨਾ ਕੁਛ ਕਰਕੇ ਗਿਆ ਸੀ। ਇਉਂ ਹੀ ਲਾਅ ਐਂਡ ਆਰਡਰ ਦੀ ਗੱਲ ਕਰ ਰਹੇ ਹਾਂ, ਇੱਕ ਸਾਡੇ 8 TA ਸਾਹਿਬ ਸੀ, ਉਹਨਾਂ ਦੇ ਗੋਲੀ ਮਾਰ ਗਏ। ਕੱਲ੍ਹ ਇੱਕ ਬੰਦਾ ਸਾਡਾ ਹੋਰ ਸੀ, ਸਬਜ਼ੀ ਵੇਚਦਾ ਸੀ, ਉਹਦਾ ਅੰਗੂਠਾ ਵੱਢ ਗਏ, ਉਹਦੇ ਜਿਹੜੇ ਸੀ ਕਾਪਿਆਂ ਦੇ ਨਾਲ ਬਾਂਹ ਤੋੜ ਗਏ ਅਤੇ ਉਹ ਤੋਂ ਪੈਸੇ ਖੋਹ ਕੇ ਲੈ ਗਏ। ਸ਼ਹਿਰ ਦੇ ਵਿੱਚ ਸਾਡੀਆਂ ਧੀਆਂ ਭੈਣਾਂ ਜਿਹੜੇ ਉਹ ਜਾਂਦੀਆਂ ਨੇ, ਡਰਦੀਆਂ ਨੇ, ਸ਼ਹਿਰ ਸਹਿਮਿਆ ਹੋਇਆ, ਇਲਾਕਾ ਸਹਿਮਿਆ ਹੋਇਆ, ਕਿਉਂਕਿ ਕਿਸੇ ਦੇ ਮੋਬਾਈਲ ਖੋਹ ਲੈਂਦੇ ਨੇ, ਕਿਸੇ ਦੀਆਂ ਚੇਨਾਂ ਖੋਹ ਲੈਂਦੇ ਨੇ, ਕਿਸੇ ਦੇ ਪੈਸੇ ਖੋਹ ਕੇ ਲੈ ਜਾਂਦੇ ਨੇ। ਮੈਂ ਪੁੱਛਦਾ ਕਿੱਥੋਂ ਦਾ ਲਾਅ ਐਂਡ ਆਰਡਰ ਹੈਗਾ? ਇਹਦੇ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਰਾਸ਼ਟਰਪਤੀ ਜੀ ਨੂੰ ਕਿ ਰਾਸ਼ਟਰਪਤੀ ਜੀ, ਜਿਹੜੇ ਪੰਜਾਬ ਦੇ 4-5 ਡਿਸਟ੍ਰਿਕਟ ਹੈਗੇ, ਗੁਰਦਾਸਪੁਰ, ਸ੍ਰੀ ਅੰਮ੍ਰਿਤਸਰ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ, ਇਹ ਬਾਰਡਰ ਦੇ ਨਾਲ ਨਾਲ ਲੱਗਦੇ ਨੇ, ਇੱਥੇ ਸਾਨੂੰ 4-4 ਬਟਾਲੀਅਨਸ ਦੇਣੀਆਂ ਚਾਹੀਦੀਆਂ ਨੇ। ਉਹ ਬਟਾਲੀਅਨਸ ਆ ਜਾਣ, ਪੰਜਾਬ ਪੁਲਿਸ ਦੇ ਨਾਲ ਕੰਮ ਕਰਨ, ਜਿਹੜੇ ਨਸ਼ੇ ਇਹਨਾਂ ਨੂੰ ਅਸੀਂ ਖਤਮ ਕਰੀਏ, ਨਹੀਂ ਤਾਂ ਪੰਜਾਬੀਆਂ ਦਾ ਨਾਮ ਇਹ ਲੋਕਾਂ ਨੇ, ਸਰਕਾਰ ਨੇ ਨਸ਼ੇੜਿਆਂ ਵਾਲੀ ਨਸ਼ੇੜੀ ਪਾ ਦੇਣਾ। ਸਰ ਇੱਕ ਜਿਹੜਾ ਦੇਖੋ ਕਿ ਜਿਵੇਂ ਜਦੋਂ ਵੀ ਅਸੀਂ ਮੌਜੂਦਾ ਸਰਕਾਰ ਨੂੰ ਕੋਈ ਮੀਡੀਆ ਸਵਾਲ ਕਰਦਾ, ਕੋਈ ਕੋਈ ਜਵਾਬ ਦਿੰਦੇ ਨੇ ਕਿ ਹਜੇ ਬੱਚਾ ਜੰਮਿਆ ਜੀ ਵੱਡਾ ਹੋਏਗਾ, 2 ਸਾਲ ਬੀਤ ਗਏ ਨੇ ਕਾਰਜਕਾਲ ਨੂੰ, ਹਜੇ ਉਹ ਬੱਚਾ ਵੱਡਾ ਹੀ ਨਹੀਂ ਹੋ ਰਿਹਾ, ਕਿੱਦਾਂ ਦੇਖਦੇ ਨੇ? ਦੇਖੋ ਗੱਲ ਇਹ ਹੈ ਕਿ ਜੇ ਬੱਚਾ ਪੈਦਾ ਕੀਤਾ ਤਾਂ ਬੱਚੇ ਦੀ ਪਰਵਰਿਸ਼ ਕਰਨਾ ਪਹਿਲੇ ਦਿਨ ਤੋਂ ਜ਼ਰੂਰੀ ਹੁੰਦੀ ਹੈ। ਹੁਣ ਪੁਰਾਣੀਆਂ ਗੱਲਾਂ ਨਹੀਂ ਰਹਿ ਗਈਆਂ, ਕਿਉਂਕਿ ਬੱਚੇ ਦੇ ਅਸੀਂ 1.5 ਮਹੀਨੇ 1.5 ਮਹੀਨੇ ਟੀਕੇ ਵੀ ਲਗਵਾਉਂਦੇ ਹਾਂ, ਸਭ ਕੁਛ ਕਰਦੇ ਹਾਂ, 2.5 ਸਾਲ ਨਹੀਂ 3 ਸਾਲ ਹੋ ਚੱਲੇ ਨੇ, ਵੈਸੇ ਗੱਲਾਂ ਬੜੀਆਂ ਕਰਦੇ ਨੇ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੇ ਤੁਸੀਂ ਦੂਜੇ ਖਰਚੇ ਕਰਦੇ ਹੋ, ਨਾ ਖਰਚੇ ਕਰੋ। ਅੱਜ 80,000 ਕਰੋੜ ਰੁਪਈਏ ਦਾ ਕਰਜ਼ਾ ਇਹਨਾਂ ਨੇ ਨਵੀਂ ਸਰਕਾਰ ਨੇ ਲੈ ਲਿਆ ਹੈ। ਉਹ ਜਿਹੜਾ 80,000 ਦਾ ਕਰਜ਼ਾ ਹੈਗਾ, ਉਹ ਕਿਹਦੇ ਸਿਰ ਹੈ? ਗਰੀਬਾਂ ਦੇ ਸਿਰ, ਇਹਨਾਂ ਬੱਚਿਆਂ ਦੇ ਸਿਰ ਦੇ ਉੱਪਰ ਹੈਗਾ। ਇਹਨਾਂ ਨੇ ਗੱਲਾਂ ਬੜੀਆਂ ਕੀਤੀਆਂ, ਕਿਉਂਕਿ ਪੰਜਾਬੀ ਆਦਮੀ, ਜਿਵੇਂ ਅਸੀਂ ਕਿਹਾ ਵੀ ਜੱਟ ਜਿਹੜਾ ਹੈਗਾ ਉਹ ਗੰਨਾ ਨਹੀਂ ਦਿੰਦਾ, ਭੇਲੀ ਦੇ ਦਿੰਦਾ। ਗੱਲਾਂ ਬਾਤਾਂ ਦੇ ਵਿੱਚ ਆ ਕੇ ਸਰਕਾਰ ਬਣਾਤੀ, 92 ਸੀਟਾਂ ਦੇਤੀਆਂ, ਉਹਦੇ ਨਾਲ ਮੈਂ ਸਮਝਦਾ ਹਾਂ ਕਿ ਪੰਜਾਬ ਦਾ ਬੜਾ ਵੱਡਾ ਨੁਕਸਾਨ ਹੋ ਗਿਆ। ਪੰਜਾਬ ਨੂੰ ਅੱਗੇ ਲੈ ਕੇ ਜਾਣਾ ਸੀ। ਦੇਖੋ, ਪੰਜਾਬ ਦੇ ਬੱਚੇ ਬਾਹਰ ਤੁਰੇ ਜਾਂਦੇ ਹੈ, ਪੰਜਾਬ ਦੀ ਜਿਹੜੀ ਫੋਰਨ ਕਰੰਸੀ ਸੀ ਉਹ ਬਾਹਰ ਤੁਰੀ ਜਾਂਦੀ ਹੈ। ਅੱਜ ਹਰੇਕ ਬੰਦਾ ਡਰਿਆ ਹੋਇਆ। ਤੁਹਾਨੂੰ ਮੈਂ ਸਵਾਲ ਕਰ ਸਕਦਾ, ਜਰਨਲਿਸਟ ਹੋ, ਤੁਸੀਂ ਵੀ 6 ਵਜੇ ਤੋਂ ਬਾਹਰ ਨਹੀਂ ਨਿਕਲਦੇ, ਇਹ ਤਾਂ ਕਦੇ ਅੱਤਵਾਦ ਦੇ ਵਿੱਚ ਨਹੀਂ ਹੋਇਆ ਸੀਗਾ। ਇਹ ਦੋਸ਼ ਦਿੰਦੇ ਆ ਪੰਜਾਬ ਪੁਲਿਸ ਨੂੰ, ਕਿਉਂਕਿ ਦਲਾਲ ਇਹਨਾਂ ਦੇ ਫਿਰਦੇ ਥਾਣਿਆਂ ਦੇ ਵਿੱਚ, ਉਹ ਦਲਾਲੀ ਕਰਦੇ ਨੇ, ਪੰਜਾਬ ਪੁਲਿਸ ਨੂੰ ਇਹ ਦੋਸ਼ ਦਿੰਦੇ ਨੇ। ਇਸ ਕਰਕੇ ਮੈਂ ਸਮਝਦਾ ਕਿ ਜਿਹੜੀ ਨੱਥ ਪਾਉਣੀ ਹੁੰਦੀ ਹੈ ਸਰਕਾਰ ਨੇ ਪਾਉਣੀ ਹੁੰਦੀ ਹੈ। ਜਦੋਂ ਸਾਡੀ ਸਰਕਾਰ ਸੀ, ਤੁਹਾਡੀ ਕਿਰਪਾ ਸੀ, ਅਸੀਂ ਫਿਰਦੇ ਸੀ, ਕਦੇ ਇਹੋ ਜਿਹਾ ਕੰਮ ਹੋਇਆ ਸੀ ਕਿਤੇ? ਦੱਸ ਦਿਓ ਮੈਨੂੰ, ਇੱਕ ਐਗਜ਼ਾਮਪਲ ਦੇ ਦੇਣ। ਹੁਣ ਹਰੇਕ ਬੰਦਾ ਡਰਿਆ ਹੋਇਆ। ਇਸ ਕਰਕੇ ਜੇ ਅੱਜ ਇਲੈਕਸ਼ਨ ਆ ਜਾਣ, ਤਾਂ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਕਿ ਕਾਂਗਰਸ ਪਾਰਟੀ 100 ਤੋਂ ਉੱਪਰ ਸੀਟਾਂ ਲੈ ਕੇ ਜਾਏਗੀ।